hello dear students how are you all welcome back to the session of class 8th math subject in the previous video we discussed about the first 15th sums of sheet number 1 for the national achievement survey 2021 which is going to be held on 12th november 2021 and these questions will be also important for your final exams ਤੇ ਪਿਆਰੀ ਵਿਦਿਆਰਥੀਓ 16th ਕੁਐਸਚਨ ਨੰਬਰ which is फ्लैशिंग ऑन योर स्क्रीन दैट इज ਮੰਨਾ ਵਾਸ গিਵਨ 1 1/2 ਆਫ ਕੇਕ ਐਂਡ ਨਜ਼ਮਾ ਵਾਸ গিਵਨ 1 1/ 3 ਆਫ ਕੇਕ ਫਾਈਂਡ ਦੀ ਕੁਆਂਟੀਟੀ ਆਫ ਕੇਕ ਦੈਟ ਵਾਸ গিਵਨ ਟੂ ਬੋਥ ਆਫ 뎀 ਮਤਲਬ ਕਿ ਮੰਨਾ ਨੂੰ ਇੱਥੇ ਕੇਕ ਮਿਲਿਆ ਹੈ ਇੱਕ ਸਹੀ 1/2 ਤੇ ਨਜ਼ਮਾ ਨੂੰ ਕੇਕ ਮਿਲਿਆ ਹੈ ਇੱਕ ਸਹੀ 3 1/3 ਤੇ ਵਿਦਿਆਰਥੀਓ ਇਹਨਾਂ ਦੋਨੋਂ ਮਿਸ਼ਰਤ ਭਿੰਨਾਂ ਨੂੰ ਅਸੀਂ ਪਹਿਲਾਂ ਅਣੂਚਿਤ ਭਿੰਨ ਵਿੱਚ ਬਦਲਾਂਗੇ ਮਤਲਬ ਕਿ ਮਿਕਸਡ ਫ੍ਰੈਕਸ਼ਨ ਨੂੰ ਅਸੀਂ ਇੰਪ੍ਰੋਪਰ ਫ੍ਰੈਕਸ਼ਨ ਵਿੱਚ ਬਦਲਣਾ ਹੈ ਤੇ 2 ਦੀ 1 ਜਦੋਂ ਮਲਟੀਪਲੀਕੇਸ਼ਨ ਹੋਏਗੀ ਤਾਂ ਆਨਸਰ ਮਿਲੇਗਾ 2 2 ਦੇ ਵਿੱਚ ਇੱਕ ਐਡ ਕਰ ਦਿੱਤਾ ਇਹ ਮਿਲ ਗਿਆ 3/2 ਦੂਸਰੀ ਸਾਈਡ ਤੇ ਸਾਨੂੰ ਕੀ ਮਿਲੇਗਾ 3 1 3 1 ਕਿੰਨਾ ਹੋ ਗਿਆ 4 ਤਾਂ 4/ ਤੇ ਹੁਣ ਦੋਨੋਂ ਕੇਸ ਦੇ ਵਿੱਚ ਹਰ ਬਰਾਬਰ ਨਹੀਂ ਹਨ ਇਸ ਕਰਕੇ ਦੋਨਾਂ ਦੇ ਹਰ ਇੰਟਰਚੇਂਜ ਕਰਕੇ ਉਹਨਾਂ ਦੀ ਉੱਪਰ ਥੱਲੇ ਅਸੀਂ ਕੀ ਕਰ ਦਾਂਗੇ ਗੁਣਾ ਕਰ ਦਾਂਗੇ ਮਤਲਬ ਕਿ ਅਸੀਂ 3/2 ਨੂੰ 3 ਨਾਲ ਉੱਪਰ ਥੱਲੇ ਗੁਣਾ ਕੀਤੀ ਤਾਂ 3 3 9 ਪ੍ਰਾਪਤ ਹੋਇਆ 9/6 ਤੇ 4/3 ਨੂੰ ਅਸੀਂ 2 ਦੇ ਨਾਲ ਉੱਪਰ ਥੱਲੇ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੋਇਆ 8/6 ਹੁਣ ਬੱਚਿਓ ਹਰ ਬਰਾਬਰ ਹੋ ਗਏ ਨੇ ਇਸ ਕਰਕੇ ਅਸੀਂ ਅੰਸ਼ਾਂ ਨੂੰ ਐਡ ਕਰ ਦੇਣਾ ਹੈ ਤੇ ਹਰ ਨੂੰ ਇੱਕ ਵਾਰ ਲਿਖਾਂਗੇ ਤੋਂ 8 9 ਜਿਹੜਾ ਇਹ ਸਾਨੂੰ ਪ੍ਰਾਪਤ ਹੋਇਆ 17 17 ਵਟਾ 6 ਇਹਦਾ ਆਨਸਰ ਆ ਗਿਆ ਇਹ ਇੱਕ ਅਣੂਚਿਤ ਭਿੰਨ ਹੈ ਮਤਲਬ ਇੰਪ੍ਰੋਪਰ ਫ੍ਰੈਕਸ਼ਨ ਹੈ ਜਿਸ ਨੂੰ ਅਸੀਂ ਮਿਸ਼ਰਤ ਭਿੰਨ ਵਿੱਚ ਬਦਲ ਦੇਣਾ ਹੈ ਤੇ ਵਿਦਿਆਰਥੀਓ 6 ਦਣੀ 12 ਹੁੰਦੇ ਨੇ 18 ਤੇ 3 ਤੇ ਜਾਏਗਾ ਨਹੀਂ ਤੇ ਰਿਮੇਂਡਰ ਇੱਥੇ ਆ ਗਿਆ ਬੱਚੋ 5 ਤੋਂ ਇਹ ਆਨਸਰ ਆਏਗਾ 2 ਸਹੀ 5/6 ਮਤਲਬ ਕਿ অপਸ਼ਨ ਨੰਬਰ 4 ਇਹਦਾ ਆਨਸਰ ਆਏਗਾ ਠੀਕ ਹੈ ਜੀ 17th ਕੁਐਸਚਨ ਕੀ ਹੈ ਕਿ ਇੱਕ ਕਿਸਾਨ ਨੇ ਆਪਣੇ ਜ਼ਮੀਨ ਤੇ ਪੰਜ ਬਰਾਬਰ ਪੱਟੀਆਂ ਦੇ ਵਿੱਚ ਪੰਜ ਬਰਾਬਰ ਪੱਟੀਆਂ ਦੇ ਵਿੱਚੋਂ ਚਾਰ ਦੇ ਵਿੱਚ ਕਣਕ ਦੀ ਫਸਲ ਬੀਜੀ ਹੈ ਠੀਕ ਹੈ ਜੀ ਤੋਂ ਉਸ ਤੋਂ ਬਾਅਦ ਪਹਿਲੀਆਂ ਚਾਰਾਂ ਦੇ ਵਿੱਚ ਕੀ ਆ ਉਹਨਾਂ ਕਣਕ ਦੀ ਫਸਲ ਬੀਜ ਦਿੱਤੀ ਓਕੇ ਉਸ ਤੋਂ ਬਾਅਦ ਅੱਗੇ ਕੀ ਹੈ ਅਤੇ ਆਪਣੀ ਜ਼ਮੀਨ ਦਾ 1/7 ਹਿੱਸਾ ਜਿਹੜਾ ਹੈ ਉਹਦੇ ਵਿੱਚ ਮੱਕੀ ਜਿਹੜੀ ਹੈ ਆ ਬੀਜੀ ਹੈ ਠੀਕ ਹੈ ਤੋਂ 1/7 ਹਿੱਸਾ ਜਿਹੜਾ ਹੈ ਮੰਨ ਲਓ ਇਹਦੇ ਵਿੱਚ ਇਹ ਹੋ ਗਿਆ 1/7 ਹਿੱਸਾ ਉਹਨ ਕੀ ਹੈ ਮੱਕੀ ਦੀ ਫਸਲ ਬੀਜੀ ਹੈ ਉਸਦੀ ਜ਼ਮੀਨ ਦਾ ਕਿੰਨਾ ਭਾਗ ਬਾਕੀ ਉਪਲਬਧ ਹੈ 5 ਬਟੀਆਂ ਸੀ ਪੰਜਾਂ ਦੇ ਵਿੱਚੋਂ ਚਾਰ ਜਿਹੜੇ ਨੇ ਹਿੱਸੇ ਕਣਕ ਦੇ ਤੋਂ ਮਤਲਬ 4/5 ਹੋ ਗਿਆ ਤੇ ਬਾਕੀ ਹਿੱਸੇ ਦੇ ਵਿੱਚੋਂ ਯਾਨੀ ਕਿ 1/5 ਹਿੱਸੇ ਵਿੱਚੋਂ 1/7 ਹਿੱਸਾ ਹੌਣ ਕੀ ਹੈ ਮੱਕੀ ਬੀਜ ਦਿੱਤੀ ਹੈ ਤੇ ਮੱਕੀ ਵਿਦਿਆਰਥੀਓ ਕਿੰਨੀ ਹੋਈ ਫਿਰ 1/35 ਮਤਲਬ 75 ਕਿੰਨੇ ਹੋ ਗਏ 35 ਤਾਂ 1/35 ਹਿੱਸੇ ਜਿਹੜੇ ਨੇ ਹੁਣ ਮੱਕੀ ਬੀਜ ਦਿੱਤੀ ਤੇ ਵਿਦਿਆਰਥੀਓ ਦਾ ਕਿੰਨਾ ਕੁੱਲ ਹਿੱਸਾ ਬਾਕੀ ਬਚਿਆ 1/5 ਦੇ ਵਿੱਚੋਂ ਹੁਣ ਅਸੀਂ ਕੀ ਮਾਈਨਸ ਕਰਾਂਗੇ 1/35 ਨੂੰ ਤਾਂ ਇਹਨੂੰ ਮਾਈਨਸ ਕਰਨ ਲਈ ਪਹਿਲਾਂ ਹਰ ਬਰਾਬਰ ਕਰਾਂਗੇ ਤੇ ਬੱਚੋ 7 ਨਾਲ ਉੱਪਰ ਥੱਲੇ ਜਦੋਂ ਗੁਣਾ ਕੀਤੀ ਤਾਂ ਹਰ ਜਿਹੜੇ ਨੇ 35 ਦੇ ਵਿੱਚ ਬਦਲ ਜਾਣਗੇ 7/35 1/35 ਮਤਲਬ ਇਹ ਆ ਗਿਆ 6/35 ਹਿੱਸਾ ਜਿਹੜਾ ਬਾਕੀ ਫਸਲ ਦਾ ਜਿਹੜਾ ਆ ਜਮੀਨ ਦਾ ਉਥੇ ਬਚਿਆ ਹੈ ਉਥੇ ਉਹ ਹੋਰ ਫਸਲ ਹੈ ਬੀ ਸਕਦਾ ਹੈ ਠੀਕ ਹੈ ਜੀ ਤੇ ਇਹਦਾ ਆਨਸਰ 6/35 ਆਣਾ ਸੀ ਤੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 18 18th ਕੁਐਸਚਨ ਹੈ ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਮੁੱਲ ਦੂਜਿਆਂ ਨਾਲੋਂ ਵੱਖਰਾ ਹੈ ਤਾਂ ਵਿਦਿਆਰਥੀ ਉੱਥੇ ਚਾਰ ਮੁੱਲ ਦਿੱਤੇ ਹੋਏ ਨੇ ਇੱਕ ਹੈਗਾ 6/21 ਦੂਸਰਾ ਹੈ 6/2.21 ਤਾਂ 2.21 ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਦਾ ਹਰ ਜਿਹੜਾ ਹੈ ਉਹ ਤੁਸੀਂ ਇਕੀ ਕਰ ਲਓ 10 ਨਾਲ ਉੱਪਰ ਥੱਲੇ ਮਲਟੀਪਲਾਈ ਕਰਨ ਤੋਂ ਬਾਅਦ ਇਹ ਬਣ ਗਿਆ 60/21 ਉਸ ਤੋਂ ਬਾਅਦ ਨੈਕਸਟ ਹੈਗਾ 0.6 0.21 ਇਹਦਾ ਮਤਲਬ ਇਹਨੂੰ ਕੀ ਕਰੂਗੇ ਇਹਦਾ ਹਰ ਜਿਹੜਾ ਆ ਬਰਾਬਰ ਕਰਨਾ ਹੈ ਤੇ ਵਿਦਿਆਰਥੀਓ ਇੱਥੇ ਪੁਆਇੰਟ ਦਾ ਪੁਆਇੰਟ ਜਿਹੜਾ ਹਟਾ ਸਕਦੇ ਆ ਤੁਸੀਂ ਤਾਂ ਇਹ ਵੀ 60/21 ਦੇ ਬਰਾਬਰ ਹੈਗਾ ਉਸ ਤੋਂ ਬਾਅਦ ਇਹ ਨੈਕਸਟ ਵੈਲਿਊ ਜਿਹੜੀ ਆ ਉਹ 60/21 ਦਿੱਤੀ ਹੋਈ ਹੈ ਠੀਕ ਹੈ ਤੇ ਪਹਿਲੀ ਵੈਲਿਊ ਜਿਹੜੀ ਹੈ ਉਹ ਕੀ ਹੈ 6/21 ਇਹੀ ਬੱਚੋ ਇਤੋਂ ਵੱਖ ਹੈਗੀ ਹੈ ਤਾਂ ਪਹਿਲਾ ਹੀ ਆਨਸਰ ਇਹਦਾ ਆਏਗਾ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੇਕਰ ਇੱਕ ਸਮਾਂਤਰ ਚਤਰਪੂਜ ਦੇ ਲਾਗਮੇ ਕੋਣ ਆ ਬਰਾਬਰ ਹੋਣ ਠੀਕ ਹੈ ਅਰਥੀਓ ਸਮਾਂਤਰ ਚਤਰਪੂਜ ਕਿਸ ਤਰ੍ਹਾਂ ਹੁੰਦੀ ਹੈ ਸਮਾਂਤਰ ਚਤਰਪੂਜ ਦੇ ਵਿੱਚ ਇਹ ਲਾਗਮੇ ਕੋਣ ਇਥੇ ਕੀ ਆ ਬਰਾਬਰ ਦਿੱਤੇ ਹੋਏ ਨੇ ਮਤਲਬ ਜੇਕਰ ਆ ਦੋਨੋਂ ਕੋਣ ਜਿਹੜੇ ਨੇ ਬਰਾਬਰ ਹੋ ਜਾਣ ਕਦੋਂ ਬਰਾਬਰ ਹੋਣਗੇ ਇਹ ਜਦੋਂ 90 ਡਿਗਰੀ ਦੇ ਕੋਣ ਆ ਹੋਣਗੇ ਠੀਕ ਹੈ ਤਾਂ ਇਹ ਇੱਕ ਆਇਤ ਬਣ ਜਾਏਗੀ ਵਿਦਿਆਰਥੀਓ ਇੱਥੇ ਸਾਈਡਾਂ ਬਾਰੇ ਕੁਝ ਨਹੀਂ ਦੱਸਿਆ ਹੋਇਆ ਇਸ ਕਰਕੇ ਇਹ ਕੀ ਬਣੇਗੀ ਇੱਕ ਆਇਤ ਮਤਲਬ ਇੱਕ ਰੈਕਟੈਂਗਲ ਬਣ ਜਾਏਗੀ ਠੀਕ ਹੈ ਤਾਂ ਇਹਦਾ ਆਨਸਰ ਜਿਹੜਾ ਹੈ ਉਹ ਕੀ ਆਣਾ ਹੈ ਆਇਤ ਤੇ ਵਿਦਿਆਰਥੀਓ ਕੁਐਸਚਨ ਨੰਬਰ 20 ਹੈ ਇਹਦੇ ਵਿੱਚ ਕੀ ਹੈ ਇੱਕ ਬਹੁਪੁਜ ਦੀ ਰਚਨਾ ਲਈ ਘੱਟੋ ਘਾਟ ਪੁਜਾਵਾਂ ਦੀ ਗਿਣਤੀ ਆ ਪਿਆਰੇ ਵਿਦਿਆਰਥੀਓ ਇਸਦਾ ਆਨਸਰ ਜਿਹੜਾ ਹੈ ਉਹ 3 ਆਏਗਾ ਕਿ ਕਿ ਤਿੰਨ ਫਟੋਗੜ ਭੁਜਾਵਾਂ ਦੀ ਲੋਡ ਪਵੇਗੀ ਸਾਨੂੰ ਕੋਈ ਵੀ ਬੋਹ ਭੋਜ ਮਤਲਬ ਕਿ ਇੱਕ ਪੋਲੀਗਨ ਬਣਾਉਣ ਦੇ ਲਈ। ਸੇ ਵਿਦਿਆਰਥੀਓ ਕੁਐਸਚਨ ਨੰਬਰ 21 ਇਹ ਕੀ ਹੈ ਕਿ ਇੱਕ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸ ਵਿੱਚ ਤੁਹਾਨੂੰ ਲੰਬ ਦਿੱਤਾ ਹੋਇਆ ਇੱਥੇ 2 ਸੈਂਟੀਮੀਟਰ ਤੇ ਇਹਦੇ ਵਿੱਚ ਡਾਇਗਨਲ ਜਿਹੜਾ 8 ਸੈਂਟੀਮੀਟਰ ਦਿੱਤਾ ਹੈ। ਵੇ ਵਿਦਿਆਰਥੀਓ ਇਸ ਵਿੱਚ ਜਿਹੜੀ ਸਮਾਂਤਰ ਚਤੁਰਪੁਜਾ ਮਤਲਬ ਪੈਰਲੋਗਰਾਮ ਹੈ ਇਹਨੂੰ ਜਦੋਂ ਡਾਇਗਨਲ ਦੇ ਨਾਲ ਅਸੀਂ ਦੋ ਭਾਗਾਂ ਦੇ ਵਿੱਚ ਵੰਡਿਆ ਅੰਦਰੋਂ ਕਿ ਤ੍ਰਿਪੁਜੀ ਬਣ ਗਈ ਤ੍ਰਿਪੁਜੀ ਦਾ ਖੇਤਰਫਲ ਜਿਹੜਾ ਹੈ ਉਹ ਕਿੰਨਾ ਕਿੰਨਾ ਹੁੰਦਾ ਹੈ 1/2 بیس ਇੰਟੂ ਹਾਈਟ ਤੇ ਇੱਥੇ بیس ਜਿਹੜਾ ਉਹ ਤੁਹਾਨੂੰ 기ਵਨ ਹੈਗਾ بیس ਹੈਗਾ 8 ਸੈਂਟੀਮੀਟਰ ਹਾਈਟ ਹੈਗੀ ਹੈ 2 ਸੈਂਟੀਮੀਟਰ 2 ਨਾਲ 2 ਕੱਟ ਗਿਆ ਤਾਂ ਇੱਕ ਤ੍ਰਿਪੁਜੀ ਦਾ ਖੇਤਰਫਲ ਜਿਹੜਾ ਹੈ 8 ਸੈਂਟੀਮੀਟਰ ਸਕਰ ਆ ਰਿਹਾ ਕਿਉਂਕਿ ਇਹਦੇ ਵਿੱਚ ਦੋ ਤ੍ਰਿਪੁਜ ਹਨ ਤਾਂ ਇਸ ਕਰਕੇ 8 8 ਕਿੰਨਾ ਹੋ ਗਿਆ 16 ਸੈਂਟੀਮੀਟਰ ਇਹਦਾ ਆਨਸਰ ਆ ਜਾਏਗਾ ਸਿੱਧਾ ਵੀ ਤੁਸੀਂ ਕਰ ਸਕਦੇ ਸੀਗੇ 2 8 ਕਰਕੇ ਠੀਕ ਹੈ ਲੰਬ ਆਧਾਰ ਗੁਣਾ ਲੰਬ ਜਿਹੜਾ ਆ ਉਹ ਵੀ ਫਾਰਮੂਲਾ ਹੁੰਦਾ ਹੈ ਤਾਂ ਅਸੀਂ ਇਸ ਤਰ੍ਹਾਂ ਵੀ ਇਹਦਾ ਆਨਸਰ ਕੱਢ ਸਕਦੇ ਹਾਂ ਤਾਂ ਆਪਸ਼ਨ ਨੰਬਰ 1 ਇਹਦਾ ਆਨਸਰ ਆਣਾ ਸੀ ਅਗਲਾ ਕੁਸ਼ਚਨ ਨੰਬਰ 22 ਇੱਕ ਬੌਫਲਕ ਵਿੱਚ ਐਜਿਸ ਦੀ ਗਿਣਤੀ ਜਿਹੜੀ ਆ ਉਹ ਦਿੱਤੀ ਹੋਈ ਹੈ ਬੱਚੇ 15 ਤੇ ਵਰਟੈਕਸ ਜਿਹੜੇ ਨੇ ਦਿੱਤੇ ਹੋਏ ਨੇ 10 ਤੇ ਅਸੀਂ ਉਹਦੇ ਫੇਸ ਦੀ ਗਿਣਤੀ ਜਿਹੜੀ ਆ ਫਾਈਂਡ ਆਊਟ ਕਰਨੀ ਹੈ ਤਾਂ ਉਹ ਵਿਦਿਆਰਥੀਓ ਇਹਦੇ ਲਈ ਸਾਨੂੰ ਯੂਲਰ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ ਜਿਹੜਾ ਕੀ ਹੁੰਦਾ ਹੈ f v e 2 ਜਿੱਥੇ ਕਿ e ਦੀ ਗਿਣਤੀ ਸਾਨੂੰ 15 ਦਿੰਦੀ ਹੈ ਇਹ 2 ਦਿੰਦਾ ਹੈ ਤੇ 17 ਬਣ ਗਿਆ v ਜਿਹੜਾ ਹੈ ਉਹ 10 ਹੈਗਾ ਤੇ f ਜਿਹੜਾ ਅਸੀਂ ਫਾਈਂਡ ਕਰਨਾ 17 ਦੇ ਵਿੱਚੋਂ 10 ਮਾਈਨਸ ਕਰੂਗੇ ਤਾਂ ਸਾਨੂੰ f ਦੀ ਗਿਣਤੀ ਜਿਹੜੀ ਆ 7 ਪ੍ਰਾਪਤ ਹੋਵੇਗੀ ਤੋਂ ਇਹਦਾ ਆਨਸਰ ਜਿਹੜਾ ਉਹ 7 ਆ ਜੀ। ਕੁਸ਼ਨ ਨੰਬਰ 23 ਹੈ ਇੱਕ ਬੌਫਲਕ ਦੇ ਤਿੰਨ ਤਲ 15 ਸਿਖਰ ਅਤੇ 6 ਕਿਨਾਰੇ ਹਨ ਬਹੁਫਲਕ ਦਾ ਨਾਮ ਦੱਸੋ ਬੱਚੋ 3 ਦਾ 4 ਫੇਸ ਦੇਖੋ ਇਹਦੇ ਵਿੱਚ ਫੇਸ ਬਣੇ ਹੋਏ ਨੇ ਮੈਂ ਸ਼ੇਪ ਬਣਾਈ ਹੋਈ ਹੈ 1 2 3 4 4 ਫੇਸ ਆ ਗਿਆ ਇਹਦੇ ਠੀਕ ਹੈ ਇਹ ਇਸ ਤੋਂ ਬਾਅਦ ਇਹਨੂੰ ਜਦੋਂ ਫੋਲਡ ਕਰੂਗੇ ਤਾਂ ਆਹ ਜਿਹੜੇ 3 ਵਰਟੈਕਸ ਹੈਗੇ ਨੇ ਇਹਨਾਂ ਦਾ ਇੱਕ ਆਈ ਵਾਲਾ ਵਰਟੈਕਸ ਬਣ ਜਾਏਗਾ ਬਾਕੀ 1 2 3 ਤਿੰਨ ਵਰਟੈਕਸ ਆਲਰੇਡੀ ਹੈਗੇ ਨੇ ਠੀਕ ਹੈ ਤਾਂ 4 ਵਰਟੈਕਸ ਹੋ ਗਏ ਠੀਕ ਹੈ ਤੇ ਇਹਦੇ ਚਾਰ ਜਿਹੜੇ ਨੇ ਉਹ ਫੇਸ ਵੀ ਬਣਦੇ ਪਏ ਨੇ ਤੇ 6 ਦੇ ਐਜ ਇਸ ਨੇ ਠੀਕ ਹੈ 1 2 3 4 5 ਤੇ 6 ਇਹਨਾਂ ਨੂੰ ਐਜ ਕਹਿੰਦੇ ਨੇ ਐਜ ਕਿੰਨੇ ਆ 6 ਤੋਂ ਇਹਦਾ ਮਤਲਬ ਇਹ ਬਣ ਗਈ ਇੱਕ ਟ੍ਰਾਇੰਗੂਲਰ ਪੀਰਾਮਿਡ ਮਤਲਬ ਕਿ ਤ੍ਰੀਪੂਜਾਕਾਰ ਪੀਰਾਮਿਡ ਠੀਕ ਹੈ ਤੇ ਇਹਦਾ ਆਨਸਰ অপਸ਼ਨ ਨੰਬਰ ਡੀ ਆਏਗੀ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਅੰਜਲੀ ਨੇ ਇੱਕ ਆਈਸਕ੍ਰੀਮ ਪਾਰਲਰ ਵਿੱਚ ਗਈ ਤੇ ਉਸਨੇ ਇੱਕ ਪ੍ਰਕਾਰ ਦੇ ਪੰਜ ਆਈਸਕ੍ਰੀਮਾਂ ਖਰੀਦੀਆਂ ਠੀਕ ਹੈ ਤੇ ਉਸਨੇ ਦੁਕਾਨਦਾਰ ਨੂੰ 125 ਰੁਪਏ ਦਿੱਤੇ ਅਗਲੇ ਦਿਨ ਫਿਰ ਉਹ ਪਾਰਲਰ ਵਿੱਚ ਗਈ ਤੇ ਉਸਨੇ ਉਹੀ ਤਿੰਨ ਆਈਸਕ੍ਰੀਮ ਦਾ ਆਰਡਰ ਦਿੱਤਾ ਤੇ ਤਿੰਨ ਆਈਸਕ੍ਰੀਮਾਂ ਲਈ ਉਹਨੂੰ ਕਿੰਨੀ ਰਕਮ ਦੇਣੀ ਪਊਗੀ ਪਹਿਲੇ ਪੰਜ ਆਈਸਕ੍ਰੀਮਾਂ ਲਈ 125 ਰੁਪਏ ਦਿੱਤੇ ਸੀ ਇਹਦਾ ਮਤਲਬ ਇੱਕ ਆਈਸਕ੍ਰੀਮ ਦਾ ਮੁੱਲ ਜਿਹੜਾ ਹੈ ਪੰਜ ਨਾਲ ਡਿਵਾਈਡ ਕਰਕੇ 125 ਨੂੰ ਸਾਨੂੰ ਮਿਲਿਆ 25 ਰੁਪਏ ਹੁਣ ਉਹਨ ਕੀ ਹੈ ਤਿੰਨ ਆਈਸਕ੍ਰੀਮਾਂ ਆਰਡਰ ਕੀਤੀਆਂ ਤਾਂ 25 3 ਬੱਚੇ ਹੋ ਗਿਆ 75 ਤੋ ਇਹਦਾ ਆਨਸਰ ਜਿਹੜਾ ਆ 75 ਆ ਜਾਏਗਾ ਠੀਕ ਹੈ ਬਹੁਤ ਔਖਾ ਸੀਗਾ ਉਸ ਤੋਂ ਬਾਅਦ ਨੈਕਸਟ ਹੈਗਾ ਕੁਐਸਚਨ ਨੰਬਰ 25 ਕਿ 101 ਦਾ ਅਗੇਤਰ ਜੋ ਕਿ ਹੁੰਦਾ ਹੈ 102 ਤੇ 101 ਦਾ ਪਿਛੇਤਰ ਜੋ ਹੋਏਗਾ 100 ਇਹਨਾਂ ਦੀ ਜਦੋਂ ਤੁਸੀਂ ਗੁਣਾ ਕਰੋਗੇ ਠੀਕ ਹੈ 10200 ਠੀਕ ਹੈ 10200 ਤੋ ਇਹਦਾ ਨੈਕਸਟ ਕੁਐਸਚਨ ਨੰਬਰ 26 ਇਹ ਹੈ ਅੱਜ ਤੋਂ 15 ਸਾਲ ਬਾਅਦ ਰਵੀ ਦੀ ਉਮਰ ਆਪਣੀ ਵਰਤਮਾਨ ਉਮਰ ਦਾ 10 4 ਗੁਣਾ ਹੋ ਜਾਵੇਗੀ ਤੇ ਵਰਤਮਾਨ ਰਵੀ ਦੀ ਉਮਰ ਜਿਹੜੀ ਆ ਉਹ ਫਾਈਂਡ ਆਊਟ ਕਰਨੀ ਹੈ ਰਵੀ ਦੀ ਵਰਤਮਾਨ ਉਮਰ ਕੀ ਹੈ ਤੋਂ ਇਹ ਅਸੀਂ ਫਾਈਂਡ ਆਊਟ ਕਰਨਾ ਹੈ ਤੋਂ ਵਿਦਿਆਰਥੀਆਂ ਦੇ ਵਿੱਚ ਕੀ ਹੈ ਮੰਨ ਲਓ ਉਹਦੀ ਵਰਤਮਾਨ ਉਮਰ ਜਿਹੜੀ x ਹੈਗੀ ਆ ਅੱਜ ਤੋਂ 15 ਸਾਲ ਬਾਅਦ 15 ਸਾਲ ਬਾਅਦ ਉਹਦੀ ਉਮਰ ਜਿਹੜੀ ਹੋਣ ਜਿੰਨੀ ਉਮਰ ਆ ਉਹਦਾ ਕਿੰਨਾ ਗੁਣਾ ਹੋ ਜਾਵੇਗੀ 4 ਗੁਣਾ ਤੋਂ ਇਹਦਾ ਮਤਲਬ ਸਾਡੀ ਕੋਈ ਇਕੁਏਸ਼ਨ ਬਣ ਗਈ ਤੋਂ 4x x 15 तीन एक्स बराबर कितना हो गया पंद्रह तो एक्स की कीमत आ गई बच्चे पंजू दी किन्ने हो गए पंद्रह पांच साल वो उम्र आंसर आएगा अगला क्वेश्चन सताईवा है कि एक छे बाय नौ सेंटीमीटर आकार का गत्ता है ठीक है ये है छे बाय नौ सेंटीमीटर आकार का गत्ता है। उस विच एक दो सेंटीमीटर अर्धव्यास का की है एक ਚੱਕਰ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਜੀ ਤੋ ਇਹਦਾ ਅਰਧ ਵਿਆਸ ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆ ਕਿੰਨਾ 2 ਸੈਂਟੀਮੀਟਰ ਫਾਈਨ ਤੇ ਇਹਦੇ ਵਿੱਚ ਇਹ ਕੀ ਹੈਗਾ 9/6 ਯਾਨੀ ਕਿ 6/9 ਦਾ ਇੱਕ ਕੀ ਹੈਗੀ ਇੱਕ ਆਇਤਾ ਆਇਤਾਕਾਰ ਦੇ ਵਿੱਚ ਇੱਕ ਚੱਕਰ ਕੱਟਿਆ ਹੋਇਆ ਅਸੀਂ ਕੀ ਕਰਨਾ ਹੈ ਕਿ ਗੱਤੇ ਦੇ ਉੱਪਰ ਜਿਹੜਾ ਪਾਸਾ ਸੁੱਟਿਆ ਜਾਂਦਾ ਹੈ ਤੇ ਸੰਭਾਵਨਾ ਪਤਾ ਕਰੋ ਕਿ ਜਿਹੜਾ ਪਾਸਾ ਹੈ ਉਹ ਇਸ ਚੱਕਰ ਦੇ ਵਿੱਚ ਆਣ ਕੇ ਹੀ ਡਿਗੇ ਠੀਕ ਹੈ ਤੋ ਵਿਦਿਆਰਥੀਓ ਅਸੀਂ ਕੀ ਹੈ ਇਹਨਾਂ ਦਾ ਖੇਤਰਫਲ ਦੀ ਰੇਸ਼ਿਓ ਲਾਵਾਂਗੇ ਇੱਥੇ ਮਤਲਬ ਕਿ ਇਹਦੀ ਪ੍ਰੋਬੈਬਿਲਟੀ ਯਾਨੀ ਕਿ ਸੰਭਾਵਨਾ ਜਿਹੜੀ ਉਹ ਕਿਦਾਂ ਕੱਢਾਂਗੇ ਏਰੀਆ ਆਫ ਸਰਕਲ ਸਰਕਲ ਦਾ ਏਰੀਆ ਮਤਲਬ ਕਿ ਚੱਕਰ ਦਾ ਖੇਤਰਫਲ ਜੋ ਕਿ ਪਾਈ r² ਦੇ ਬਰਾਬਰ ਹੁੰਦਾ ਹੈ ਤੇ ਆਇਤ ਦਾ ਖੇਤਰਫਲ ਜੋ ਆਏਗਾ ਲੰਬਾਈ ਗੁਣਾ ਚੌੜਾਈ ਚੱਕਰ ਦਾ ਖੇਤਰਫਲ ਆ ਗਿਆ 22/7 ਤੇ ਨਾਲ ਪਿਆਰੇ ਵਿਦਿਆਰਥੀਓ 22/7 ਲਿਖਣ ਦੀ ਲੋੜ ਨਹੀਂ ਕਿਉਂਕਿ ਪਾਈ ਦਾ ਆਨਸਰ ਪਾਈ ਵਿੱਚ ਹੀ ਆਨਸਰ ਹੈਗਾ ਪਾਈ ਗੁਣਾ 4 ਕਿਉਂਕਿ 2 2 ਕਿੰਨੇ ਹੋਗਾ 4 ਤੇ ਲੰਬਾਈ ਗੁਣਾ ਚੌੜਾਈ 9 ਇਹ ਇਥੇ ਬਣ ਗਿਆ ਇਹਦਾ ਮਤਲਬ ਹੋ ਗਿਆ 4 ਪਾਈ 54 ਠੀਕ ਹੈ 4 ਪਾਈ 54 ਅਗਰ ਆਨਸਰ ਹੈ ਤਾਂ ਇਹੀ ਆਪਸ਼ਨ ਨੰਬਰ 4 ਇਹਦਾ ਆਨਸਰ ਆਏਗਾ ਜੀ ਪਿਆਰੇ ਵਿਦਿਆਰਥੀਓ ਕੁਸ਼ਚਨ ਨੰਬਰ 28 ਇਹ ਕੀ ਹੈ ਕਿ ਇੱਕ ਤ੍ਰਿਭੁਜ ਹੈ ਜਿਸ ਤ੍ਰਿਭੁਜ ਦੇ ਵਿੱਚ ਇਸ ਤ੍ਰਿਭੁਜ ਦੇ ਵਿੱਚ x y ਤੇ z ਤਿੰਨ ਕੋਣ ਹਨ ਜਿਹਦੇ ਵਿੱਚੋਂ x ਕੋਣ ਦਾ ਮਾਪ ਜਿਹੜਾ ਹੈ ਉਹ y ਅਹ ਦੇ ਕੋਣ ਨਾਲੋਂ ਕੀ ਹੈ 30 ਡਿਗਰੀ ਜ਼ਿਆਦਾ ਹੈਗਾ ਤੇ ਜ਼ੈਡ ਕੋਣ ਦਾ ਮਾਪ ਜਿਹੜਾ ਉਹ ਸਮਕੋਣ ਦਿੱਤਾ ਹੋਇਆ ਯਾਨੀ ਕਿ 90 ਡਿਗਰੀ ਠੀਕ ਹੈ ਰਾਈਟ ਐਂਗਲ ਹੈ ਤੇ ਅਸੀਂ ਪਤਾ ਕਰਨਾ ਹੈ ਇਹਦੇ ਵਿੱਚ ਅ ਕੀ ਪਤਾ ਕਰਨਾ ਹੈ ਵਾਈ ਵਾਈ ਦਾ ਮੁੱਲ ਵਾਈ ਦਾ ਮੁੱਲ ਕਿੰਨਾ ਆਏਗਾ ਤੇ ਤੁਹਾਨੂੰ ਪਤਾ ਟ੍ਰੀ ਪੁੱਜ ਦੇ ਵਿੱਚ ਬੱਚੇ ਐਂਗਲ ਦਾ ਸਮ ਜਿਹੜਾ ਉਹ ਕਿੰਨਾ 180 ਡਿਗਰੀ ਹੁੰਦਾ ਤੇ ਇੱਥੇ ਐਕਸ ਦਾ ਮੁੱਲ ਜਿਹੜਾ ਉਹ ਤੁਹਾਨੂੰ ਕਿੰਨਾ ਦਿੱਤਾ ਵਾਈ ਜੋ ਮਾ 30 ਤੇ ਇੱਥੇ ਵੀ ਵਾਈ ਆ ਗਿਆ ਜ਼ੈਡ ਦੀ ਕੀਮਤ 90 ਹੈ ਸਾਰਿਆਂ ਦੀਆਂ ਵੈਲਿਊ ਪੁੱਟ ਕਰਕੇ ਤੋ ਅਸੀਂ ਜਿਹੜੀ y ਦੀ ਕੀਮਤ ਉਥੋਂ ਕੱਢ ਲੈਣੀ ਹੈ 90 30 ਕਿੰਨਾ ਹੋ ਗਿਆ 120 180 ਤੋ ਇਹ ਬਣ ਗਿਆ 2y 180 ਚੋਂ 20 120 ਮਾਈਨਸ ਕਰੂਗੇ 60 ਆ ਜਾਏਗਾ ਤੇ y ਦੀ ਕੀਮਤ ਇੱਥੇ ਕੀ 30 ਹੋਣਾ 29th ਕੁਸ਼ਨ ਇਹਦੇ ਵਿੱਚ ਕੀ ਆ 29th ਵਿੱਚ ਸਾਨੂੰ ਕੀ p q ਤੇ r ਇਕਾਈਆਂ ਦੀ ਇੱਕ ਤ੍ਰਿਭੁਜ ਸੰਭਵ ਹੈ ਕਦੋਂ ਸੰਭਵ ਹੋਏਗੀ ਜੇਕਰ ਕੋਈ ਦੋ ਭੁਜਾਵਾਂ ਦਾ ਜੋੜ ਜਿਹੜਾ ਆ ਤੀਜੀ ਪੂਜਾ ਤੋਂ ਵੱਡਾ ਹੋਵੇ ਤਾਂ ਇਹੀ ਬੱਚੇ ਆਪਸ਼ਨ ਨੰਬਰ 3 ਨੇ ਦੀ ਅੰਤੜਾ ਆਏਗਾ ਲਾਸਟ ਕੁਸ਼ਨ ਆਏਗਾ ਬੱਚੇ ਕਿ ਅਰਮਾਨ ਕੋਲ ਜਸਪ੍ਰੀਤ ਦੇ ਵੰਟਿਆਂ ਦੀ ਗਿਣਤੀ ਦੇ ਅੱਧ ਤੋਂ 5 ਵੰਟੇ ਘੱਟ ਹਨ ਤੇ ਜੇਕਰ ਜਸਪ੍ਰੀਤ ਦੇ ਕੋਲ 30 ਵੰਟੇ ਹੋਣ ਤਾਂ ਅਰਮਾਨ ਕੋਲ ਕਿੰਨੇ ਵੰਟੇ ਹਨ ਮੰਨ ਲਓ ਜਸਪ੍ਰੀਤ ਦੇ ਕੋਲ ਵੰਟੇ ਹੈਗੇ ਆ ਇੱਥੇ ਉਹਨਾਂ ਦੇ ਕੋਲ ਵੰਟਿਆਂ ਦੀ ਗਿਣਤੀ ਹੈਗੀ ਆ x ਠੀਕ ਹੈ ਤੇ ਅਰਮਾਨ ਕੋਲ ਕਿੰਨੇ ਵੰਟੇ ਆ ਬੱਚੋ ਅਰਮਾਨ ਕੋਲ ਜਿੰਨੇ ਜਸਪ੍ਰੀਤ ਕੋ ਹੈ ਉਹਦੇ ਅੱਧੇ ਤੋਂ 5 ਕੱਟ ਠੀਕ ਹੈ ਤਾਂ ਇੱਥੇ x ਦਾ ਮੁੱਲ ਜਿਹੜਾ ਹੈਗਾ ਉਹ ਤੁਹਾਨੂੰ ਦਿੱਤਾ ਹੋਇਆ ਉਹ ਕਿੰਨਾ ਹੈ ਕਿ 30 ਹੈਗਾ ਠੀਕ ਹੈ ਉਹ 30 2 5 ਠੀਕ ਹੈ ਤਾਂ 15 5 ਬਰਾਬਰ ਕਿੰਨਾ ਆ ਗਿਆ 10 ਤਾਂ ਇਹਦਾ ਆਨਸਰ ਆ ਜਾਏਗਾ 10 ਮਤਲਬ অপਸ਼ਨ ਨੰਬਰ 3 ਤੋਂ ਇਹ ਸੀਗੀ ਬੱਚੋ ਸ਼ੀਟ ਨੰਬਰ ਫਸਟ ਫਸਟ ਸ਼ੀਟ ਤੁਹਾਡੀ ਹੁਣ ਕੰਪਲੀਟ ਹੋ ਗਈ ਹੈ ਬਾਕੀ ਅਸੀਂ ਨੈਕਸਟ ਸ਼ੀਟ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਥੈਂਕ ਯੂ ਬੱਚੇ